ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਅਸੀਂ 12ਵੀਂ ਜਮਾਤ ਦੇ ਲਾਜ਼ਮੀ ਪੰਜਾਬੀ ਵਿਸ਼ੇ ਦੀ ਕਵਤਾ ਵਗਦੇ ਪਾਣੀ ਜੋ ਕਿ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਵੱਲੋਂ ਲਿਖੀ ਗਈ ਹੈ ਉਸ ਤੇ ਵਿਚਾਰ ਚਰਚਾ ਕਰਾਂਗੇ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਇੱਕ ਬਹੁਤ ਹੀ ਪੰਜਾਬੀ ਜਗਤ ਦੇ ਪ੍ਰਸਿੱਧ ਸ਼ਾਇਰ ਹੋਏ ਹਨ ਕਵੀ ਹੋਏ ਹਨ ਔਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿਰਫ ਕਵਤਾ ਹੀ ਨਹੀਂ ਰਚੀ ਸਗੋਂ ਆਪਣੀ ਦੇਸ਼ ਭਗਤੀ ਦੇ ਰਾਹੀ ਆਪਣੀ ਵਤਨ ਪ੍ਰਸਤੀ ਦੇ ਰਾਹੀ ਉਸ ਸਮੇਂ ਜੋ ਆਪ ਨੇ ਇੱਕ ਵੱਡਾ ਦੇਸ਼ ਭਗਤੀ ਵਾਲਾ ਯੋਗਦਾਨ ਪਾਇਆ ਉਸ ਕਰਕੇ ਆਪ ਨੂੰ ਇੱਕ ਸੁਤੰਤਰਤਾ ਸੰਗਰਾਮੀ ਹੋਣ ਦਾ ਵੀ ਮਾਣ ਪ੍ਰਾਪਤ ਹੈ ਔਰ ਆਪ ਜੀ ਨੂੰ ਸ਼ਹੀਦ ਵੀ ਕਿਹਾ ਜਾਂਦਾ ਹੈ ਔਰ ਉਨ੍ਹਾਂ ਦੇ ਨਾਂ ਤੇ ਗਲੋਟੀਆਂ ਜੋ ਕਿ ਪਿੰਡ ਹੈ ਜ਼ਿਲ੍ਹਾ ਸਿਆਲਕੋਟ ਦਾ ਔਰ ਉਹਨਾਂ ਦੀਆਂ ਯਾਦਗਾਰਾਂ ਵੀ ਬਣੀਆਂ ਹੋਈਆਂ ਨੇ ਬਤੌਰ ਸੁਤੰਤਰਤਾ ਸੰਗਰਾਮੀ ਯਾਦ ਚ ਉਹਨਾਂ ਦੇ ਕਈ ਥਾਈ ਬੁੱਤ ਬਣਾਏ ਨੇ ਇੱਕ ਉਹਨਾਂ ਦੇ ਨਾਂ ਤੇ ਯਾਦਗਾਰੀ ਸਟੇਡੀਅਮ ਵੀ ਬਣਾਇਆ ਹੋਇਆ ਸੋ ਸਭ ਤੋਂ ਪਹਿਲਾਂ ਕਿਉਂਕਿ ਵਗਦੇ ਪਾਣੀ ਕਪਤਾਪ ਮੇ ਆਪ ਚ ਬਹੁਤ ਮਹੱਤਵਪੂਰਨ ਹੈ ਇਸ ਕਰਕੇ ਖਾਇਰ ਬਾਰੇ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਉਹਨਾਂ ਦਾ ਜਨਮ 22 ਮਈ 1897 ਈਸਵੀ ਨੂੰ ਗਲੋਟੀਆਂ ਖੁਰਦ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। 14 ਜਨਵਰੀ 1944 ਈਸਵੀ ਨੂੰ ਅੰਗਰੇਜ਼ ਪੱਖੀ ਹੋਣ ਦਾ ਇਲਜ਼ਾਮ ਲਗਾ ਕੇ ਜਾਪਾਨੀਆਂ ਨੇ ਅੰਡੇਮਾਨ ਤੇ ਟਾਪੂਆਂ ਵਿੱਚ ਹੀ ਆਪ ਨੂੰ ਸ਼ਹੀਦ ਕਰ ਦਿੱਤਾ ਸੀ। ਇਸੇ ਕਰਕੇ ਆਪ ਨੂੰ ਇੱਕ ਸ਼ਹੀਦ ਹੋਣ ਦਾ ਵੀ ਵੱਡਾ ਮਾਣ ਪ੍ਰਾਪਤ ਹੈ। ਜਦੋਂ ਯੋਗਤਾ ਦੀ ਗੱਲ ਕਰਦੇ ਆਂ ਤੇ ਮੈਡੀਕਲ ਕਾਲਜ ਆਗਰਾ ਤੋਂ ਮੈਡੀਕਲ ਦੀ ਡਿਗਰੀ ਇਹਨਾਂ ਨੇ ਕੀਤੀ ਸੀ ਇਸੇ ਕਰਕੇ ਦੀਵਾਨ ਸਿੰਘ ਕਾਲੇਪਾਣੀ ਦੇ ਨਾਲ ਡਾਕਟਰ ਵੀ ਜੁੜ ਗਿਆ ਕਿਤਾ ਫੌਜ਼ ਵਿੱਚ ਬਤਾਓ ਡਾਕਟਰ ਸਾਹਿਬ ਰਚਨਾਵਾਂ ਕਵਤਾ ਤੇ ਵਾਰਤਕ ਵੀ ਲਿਖੀ ਆ ਪਰੰਤੂ ਇਹਨਾਂ ਦੀ ਜਿਹੜੀ ਪ੍ਰਸਿੱਧੀ ਹੈ ਉਹ ਕਵਤਾ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਇਹਨਾਂ ਦੀ ਪ੍ਰਸਿੱਧੀ ਹੋਈ ਹੈ ਕਹਿਣ ਦਾ ਭਾਵ ਕਿ ਇਹਨਾਂ ਦੀ ਮਕਬੂਲੀਅਤ ਪੰਜਾਬੀ ਜਗਤ ਦੇ ਵਿੱਚ ਇੱਕ ਸ਼ਾਇਰ ਵਜੋਂ ਹੋਈ ਹੈ ਔਰ ਸ਼ਾਇਰ ਵਜੋਂ ਲੋਕ ਮਨਾ ਦੇ ਵਿੱਚ ਇਹ ਇੱਕ ਬਹੁਤ ਹੀ ਪ੍ਰਵਾਨਿਤ ਸ਼ਾਇਰ ਹਨ ਇਹਨਾਂ ਨੇ ਜਿਹੜੇ ਕਾਵਿ ਸੰਗ੍ਰਹਿ ਲਿਖੇ ਉਹਨਾਂ ਚ ਪ੍ਰਮੁੱਖ ਕਾਵਿ ਸੰਗ੍ਰਹਿ ਇਹਨਾਂ ਦੇ ਤਿੰਨ ਨੇ ਇੱਕ ਹੈ ਵਗਦੇ ਪਾਣੀ ਤੁਸੀਂ ਨੋਟ ਵੀ ਕਰ ਸਕਦੇ ਹੋ ਔਰ ਅਣਦਾ ਵੀ ਹੈ ਕਿ ਇੱਕ ਵੱਡੇ ਸ਼ਾਇਰ ਦੀ ਜੇ ਪੰਜਾਬੀ ਜਗਤ ਨੂੰ ਕੋਈ ਦੇਣ ਹੈ ਤੇ ਉਹਨਾਂ ਦੇ ਜਿਹੜੇ ਕਾਫ ਸੰਗ੍ਰਹਿ ਨੇ ਉਹ ਵੀ ਸਾਨੂੰ ਯਾਦ ਹੋਣੇ ਚਾਹੀਦੇ ਆ ਇਹ ਅਗਲੇ ਇਮਤਿਹਾਨਾਂ ਦੇ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਚ ਵੀ ਤੁਹਾਡੇ ਕੰਮ ਆਉਣਗੇ ਸੋ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਵਗਦੇ ਪਾਣੀ ਅੰਤਮ ਲਹਿਰਾਂ ਮਲਿਆਂ ਦੇ ਬੇਲ ਤਿੰਨ ਕਾਫ ਸੰਗ੍ਰਹਿ ਲਿਖੇ ਨੇ ਔਰ ਬਹੁਤ ਮਹੱਤਵਪੂਰਨ ਕਵਤਾਵਾਂ ਇਸ ਵਿੱਚ ਲਿਖੀਆਂ ਹਨ ਤੇ ਵਗਦੇ ਪਾਣੀ ਕਵਤਾ ਜਿਹੜੀ ਕਿ ਤੁਹਾਡੇ ਸਿਲੇਬਸ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਗਾਈ ਗਈ ਹੈ ਬਹੁਤ ਅਹਿਮ ਕਵਤਾ ਹੈ ਬੜੇ ਤਕੜੇ ਸੁਨੇਹ ਦਿੰਦੀ ਹੈ ਇਹ ਕਵਤਾ ਸੋ ਸਭ ਤੋਂ ਪਹਿਲਾਂ ਅਸੀਂ ਇਸ ਕਵਤਾ ਦਾ ਜੋ ਪਾਠ ਹੈ ਉਹ ਤੁਹਾਨੂੰ ਸੁਣਾਵਾਂਗੇ ਧਿਆਨ ਦੇ ਨਾਲ ਤੁਸੀਂ ਸੁਣਨਾ ਹੈ ਫਿਰ ਇਸ ਨੂੰ ਸਮਝਣ ਦਾ ਯਤਨ ਕਰਦੇ ਹਾਂ ਔਰ ਇਸ ਨੂੰ ਸਮਝ ਕੇ ਇਸ ਦੇ ਅਰਥਾਂ ਦੀ ਤਲਾਸ਼ ਕਰਨ ਦਾ ਯਤਨ ਕਰਦੇ ਹਾਂ ਕਿ ਇਕਾਤਾ ਸੁਨੇਹਾ ਕੀ ਦਿੰਦੀ ਹੈ ਸਿਲੇਬਸ ਦੇ ਵਿੱਚ ਜਿਹੜੀ ਚੀਜ਼ ਸਾਨੂੰ ਲੱਗੀ ਹੋਈ ਹੈ ਉਹ ਸਿਰਫ ਇਸੇ ਕਰਕੇ ਨਹੀਂ ਲੱਗੀ ਕਿ ਅਸੀਂ ਪੜ੍ਹਨਾ ਹੈ ਪ੍ਰਸ਼ਨ ਆਉਣੇ ਹਨ ਉਹਨਾਂ ਦੇ ਜਵਾਬ ਦੇਣੇ ਹਨ ਤੇ ਪ੍ਰੀਖਿਆ ਦੇ ਵਿੱਚ ਵੱਧ ਤੋਂ ਵੱਧ ਨੰਬਰ ਲੈ ਲੈਣੇ ਇਇ ਇੱਕ ਪਹਿਲੂ ਹੈ ਦੂਸਰਾ ਵੱਡਾ ਪਹਿਲੂ ਇਹ ਹੈ ਕਿ ਅਸੀਂ ਸਾਹਿਤਿਕ ਕਿਰਤਾਂ ਦੇ ਵਿੱਚੋਂ ਇੱਕ ਸੇਧ ਲੈਣੀ ਹੈ ਕਿ ਇਹ ਸਾਹਿਤਿਕ ਕਿਰਤਾਂ ਸਾਨੂੰ ਜੀਵਨ ਦੀ ਸਿੱਖਿਆ ਕੀ ਦਿੰਦੀ ਹੈ ਔਰ ਇਹਨਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਜੋ ਕੁਝ ਅਸੀਂ ਸਿੱਖ ਸਕਦੇ ਹਾਂ ਉਹਦਾ ਵੱਡਾ ਯੋਗਦਾਨ ਸਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਦੇ ਵਿਸ਼ਵ ਦੇ ਵਿੱਚ ਕੀ ਹੋ ਸਕਦਾ ਹੈ ਜਾਂ ਅਸੀਂ ਉਸ ਰਾਹੀਂ ਪ੍ਰੇਰਨਾ ਲੈ ਕੇ ਤੇ ਆਪਣੇ ਸਮਾਜ ਲਈ ਆਪਣੀ ਦੁਨੀਆ ਲਈ ਆਪਣੇ ਵਿਸ਼ਵ ਲਈ ਆਪਣੇ ਇਨਸਾਨ ਲਈ ਆਪਣੇ ਇਸ ਬ੍ਰਹਿਮੰਡ ਦੇ ਜੀਵਾਂ ਲਈ ਚੰਗਾ ਕੀ ਕਰ ਸਕਦੇ ਸੋ ਕਵਤਾ ਦੇ ਵਿੱਚ ਗੱਲ ਸ਼ੁਰੂ ਹੁੰਦੀ ਹੈ ਵਗਦੇ ਪਾਣੀ ਤੋਂ ਸੁਣਾਉਣ ਦਾ ਤੁਹਾਨੂੰ ਇੱਕ પ્રયાસ ਕਰਦੇ ਹਾਂ ਵਗਦੇ ਪਾਣੀ ਪਾਣੀ ਵਗਦੇ ਹੀ ਰਹਿਣ ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੁਹੁੰਦੇ ਨੇ ਕਿ ਵਗਦੇ ਸੁਹੁੰਦੇ ਨੇ ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹੇ ਫਿਰ ਸੁਣਨ ਦਾ ਯਤਨ ਕਰਿਓ ਪਾਣੀ ਵਗਦੇ ਹੀ ਰਹੇ ਕਿ ਵਗਦੇ ਸੁਹੁੰਦੇ ਨੇ ਖੜੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹੇ ਇਹ ਕਵਿਤਾ ਦਾ ਪਹਿਲਾ ਬੰਦ ਹੈ ਸੋ ਜਿਹੜਾ ਕਵਤਾ ਦਾ ਦੂਸਰਾ ਬੰਦ ਹੈ ਉਹ ਵੀ ਸੁਣਨ ਵਾਲਾ ਹੈ ਕੀ ਹੈ ਉਹਦੇ ਵਿੱਚ ਜਿੰਦਾਂ ਮਿਲੀਆਂ ਹੀ ਰਹਿਣ ਜਿੰਦਾਂ ਮਿਲੀਆਂ ਹੀ ਰਹਿਣ ਕਿ ਮਿਲੀਆਂ ਜਿੰਦੀਆਂ ਨੇ ਕਿ ਮਿਲੀਆਂ ਜਿੰਦੀਆਂ ਨੇ ਵਿਛੜਿਆ ਮਰਦੀਆਂ ਨੇ ਕਿ ਜਿੰਦਾਂ ਮਿਲੀਆਂ ਹੀ ਰਹਿਣ ਵਿਛੜਿਆ ਮਰਦਿਆਂ ਨੇ ਕਿ ਜਿੰਦਾਂ ਮਿਲੀਆਂ ਹੀ ਰਹਿਣ ਇੱਕ ਕਵਤਾ ਦਾ ਦੂਸਰਾ ਬੰਦ ਹੈ ਇਸ ਦੂਸਰੇ ਬੰਦ ਨੂੰ ਤੁਸੀਂ ਫਿਰ ਧਿਆਨ ਦੇ ਨਾਲ ਸੁਣਨ ਦਾ ਯਤਨ ਕਰਨਾ ਜਿੰਦਾਂ ਮਿਲੀਆਂ ਹੀ ਰਹਿਣ ਕਿ ਮਿਲੀਆਂ ਜੀਂਦੀਆਂ ਨੇ ਵਿਛੜਿਆ ਮਰਦਿਆਂ ਨੇ ਕਿ ਜਿੰਦਾਂ ਮਿਲੀਆਂ ਹੀ ਰਹਿ ਤੀਸਰਾ ਇਸ ਕਵਤਾ ਦਾ ਜੋ ਬੰਦ ਹੈ ਉਹ ਵੀ ਬਹੁਤ ਅਹਿਮ ਹੈ ਧਿਆਨ ਨਾਲ ਸੁਣਨ ਵਾਲਾ ਹੈ ਸਮਝਣ ਵਾਲਾ ਹੈ ਤੇ ਉਸ ਨੂੰ ਵੀ ਜ਼ਿੰਦਗੀ 'ਚ ਅਪਣਾਉਣ ਵਾਲਾ ਹੈ ਉਹ ਕੀ ਹੈ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆ ਚੜਦੀਆਂ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆ ਚੜਦੀਆਂ ਨੇ اٹਕੀਆਂ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਣ ਫਿਰ ਸੁਣਨਾ ਤੁਸੀਂ ਧਿਆਨ ਦੇ ਨਾਲ ਰੂਹਾਂ ਉੱਡਦੀਆਂ ਹੀ ਰਹਿਣ ਕਿ ਉੱਡਿਆ ਚੜਦੀਆਂ ਨੇ اٹਕਿਆ ਡਿੱਗਦੀਆਂ ਨੇ ਕਿ ਰੂਹਾਂ ਉੱਡਦੀਆਂ ਹੀ ਰਹਿ ਸੋ ਇਹ ਜਿਹੜਾ ਸੁਨੇਹਾ ਇਸ ਕਾਬੰਦ ਦੇ ਵਿੱਚ ਦਿੱਤਾ ਗਿਆ ਉਹਦਾ ਵਿਸ਼ਲੇਸ਼ਣ ਅਸੀਂ ਬਾਅਦ ਚ ਕਰਦੇ ਆ ਪਹਿਲਾਂ ਤੁਸੀਂ ਇਸ ਕੱਟ ਨੂੰ ਧਿਆਨ ਦੇ ਨਾਲ ਸੁਣਦੇ ਹੀ ਰਹਿਣਾ ਇਹਦਾ ਜਿਹੜਾ ਅਗਲਾ ਬੰਦ ਹੈ ਉਹ ਵੀ ਬੜੀ ਪ੍ਰੇਰਣਾ ਵਾਲਾ ਹੈ ਜ਼ਿੰਦਗੀ ਦੀ ਸੇਧ ਦਿੰਦਾ ਹੈ ਸਮਾਜ ਦੇ ਵਿੱਚ ਚੰਗੇ ਨੇਕ ਕੰਮ ਕਰਨ ਦਾ ਇੱਕ ਸੁਨੇਹਾ ਮਿਲਦਾ ਹੈ ਕੀ ਹੈ ਤੇ ਮੈਂ ਟੁਰਦਾ ਹੀ ਰਹਾ ਕਿ ਟੁਰਿਆਂ ਵੱਧਦਾ ਤੇ ਮੈਂ ਟੁਰਦਾ ਹੀ ਰਹਾ ਕਿ ਟੁਰਿਆਂ ਵੱਧਦਾ ਹਾਂ ਖਲੋਆਂ ਘਟਦਾ ਹਾਂ ਕਿ ਹਾਂ ਮਟਰਦਾ ਹੀ ਰਾਂ ਫੇਰ ਸੁਣਨਾ ਖਲੋਆਂ ਘਟਦਾ ਹਾਂ ਕਿ ਹਾਂ ਮਟਰਦਾ ਹੀ ਰਾਂ ਇਸ ਕਾਬੰਦ ਨੂੰ ਧਿਆਨ ਦੇ ਨਾਲ ਫੇਰ ਸੁਣਦਾ ਯਤਨ ਕਰਨਾ ਤੇ ਮੈਂ ਟੁਰਦਾ ਹੀ ਰਹਾ ਹਾਂ ਕਿ ਟੋਰਿਆਂ ਵੱਧਦਾ ਹਾਂ ਖਲੋਇਆਂ ਘਟਨਾ ਹ ਕਿ ਹਾਂ ਮਟਰ ਦਾ ਹੀਰ ਫਿਰ ਦੇਖਿਓ ਸਮਝਣ ਦਾ ਯਤਨ ਕਰਿਓ ਕਿਉਂਕਿ ਕਾ ਉਚਾਰਨ ਤੇ ਦੋਸੀ ਕਰਦੀ ਹੈ ਅੱਧੀ ਕਵਤਾ ਸਾਡੇ ਘਰ ਕਰ ਜਾਂਦੀ ਹੈ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਕਵਤਾ ਸੁਨੇਹਾ ਕੀ ਦਿੰਦੀ ਹੈ ਤੇ ਮੈਂ ਟੁਰਦਾ ਹੀ ਰਹਾ ਕਿ ਟੁਰਿਆਂ ਵੱਧਦਾ ਹਾਂ ਖਲੋਇਆਂ ਕੱਢਦਾ ਹਾਂ ਕਿ ਹਾਂ ਮੈਂ ਟੁਰਦਾ ਹੀ ਰਿਹਾ ਸੁ ਕਵੀ ਨੇ ਇਸ ਕਵਤਾ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਬਿੰਬ ਵਰਤਿਆ ਬਿੰਬ ਕੀ ਹੁੰਦਾ ਹੈ ਕਿ ਕਵਤਾ ਦੇ ਇੱਕ ਕਿਸਮ ਦੇ ਸ਼ਾਬਦਿਕ ਚਿੱਤਰ ਹੁੰਦੇ ਹਨ ਸ਼ਬਦਿਕ ਚਿੱਤਰ ਦਾ ਮਤਲਬ ਕਿ ਉਹ ਤਸਵੀਰਾਂ ਉਹ ਚਿੱਤਰ ਉਹ ਦ੍ਰਿਸ਼ ਜਿਹੜੇ ਸ਼ਬਦਾਂ ਦੇ ਰਾਹੀਂ ਸਿਰਜੇ ਗਏ ਹੁੰਦੇ ਆ ਉਹਨਾਂ ਨੂੰ ਕਾਵ ਬਿੰਬ ਕਵਤਾ ਰਾਹੀਂ ਸਿਰਜੇ ਗਏ ਬਿੰਬ ਕਿਹਾ ਜਾਂਦਾ ਸੋ ਵਗਦੇ ਪਾਣੀ ਕਵਤਾ ਦੇ ਵਿੱਚ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਨੇ ਵਗਦੇ ਪਾਣੀ ਦਾ ਬਿੰਬ ਵਰਤਿਆ ਵਗਦੇ ਪਾਣੀ ਦਾ ਵਿੰਭ ਕੀ ਹੈ ਕਿ ਵਗਦਾ ਪਾਣੀ ਵਗਦੇ ਦਾ ਅਰਥ ਵਹਿੰਦਾ ਹੋਇਆ ਚਲਦਾ ਹੋਇਆ ਜਿਹੜਾ ਰੁਕਿਆ ਨਹੀਂ ਹੈ ਪਾਣੀ ਇੱਕ ਵੱਡਾ ਸੰਕਲਪ ਹੈ ਪਾਣੀ ਇੱਕ ਜੀਵਨ ਦਾ ਸੰਕਲਪ ਹੈ ਸ੍ਰਿਸ਼ਟੀ ਦੀ ਪੈਦਾਇਸ਼ ਦਾ ਸੰਕਲਪ ਹੈ ਪਾਣੀ ਜੀਵਨ ਦਿੰਦਾ ਹੈ ਸਮਾਜ ਬਣਾਉਂਦਾ ਹੈ ਬ੍ਰਹਮੰਡ ਦੇ ਵਿੱਚ ਪਾਣੀ ਦਾ ਬਹੁਤ ਮਹੱਤਵ ਹੈ ਪਾਣੀ ਦੀ ਸਥਿਤੀ ਕਾਪਤਾ ਦੇ ਸੰਦਰਭ ਦੇ ਵਿੱਚ ਦੋ ਤਰ੍ਹਾਂ ਦੀ ਹੈ ਇੱਕ ਉਹ ਪਾਣੀ ਹੈ ਜਿਹੜਾ ਕਿਸੇ ਨਦੀ ਦੇ ਵਿੱਚ ਤਰਿਆ ਦੇ ਰੂਪ ਚ ਵਹਿੰਦਾ ਹੈ ਕਿਸੇ ਦਿਸਾ ਵੱਲ ਚੱਲਦਾ ਰਹਿੰਦਾ ਪਾਣੀ ਵਗਦੇ ਹੀ ਰਹਿੰਦਾ ਜਿਹੜਾ ਵੈਂਦਾ ਹੋਇਆ ਪਾਣੀ ਹੈ ਉਸ ਦੇ ਸਬੰਧ ਦੇ ਵਿੱਚ ਕਵੀ ਕਾਵਿਕ ਬਿੰਭ ਉਸਾਰਦਾ ਹੈ ਕਿ ਪਾਣੀ ਹਮੇਸ਼ਾ ਚੱਲਦੇ ਰਹਿਣੇ ਚਾਹੀਦੀ ਹੈ ਕਿ ਵਗਦੇ ਸੁੰਹਦੇ ਨੇ ਕਿਉਂਕਿ ਵਹਿੰਦੇ ਹੋਏ ਚੱਲਦੇ ਹੋਏ ਆਪਣੀ ਦਿਸ਼ਾ ਵੱਲ ਵਧਦੇ ਹੋਏ ਪਾਣੀ ਸੁੰਦਰ ਲੱਗਦਾ ਹੈ ਇੱਥੇ ਕਵਿਤਾ ਦੇ ਵਿੱਚ ਸੁੰਦਰ ਪਹਿਲੇ ਅਰਥਾਂ ਚ ਹੈ ਆਪ ਦਾ ਮੂਲਕ ਅਰਥ ਨੇ ਸਤੇ ਪੱਦਰ ਦੇ ਅਰਥ ਨੇ ਡੰਗਿਆਈ ਜਿੱਦੋਂ ਜਾਣਦੇ ਆ ਤੇ ਸੁਹੰਦੇ ਦਾ ਮਤਲਬ ਵਹਿੰਦਾ ਹੋਇਆ ਪਾਣੀ ਇੱਕ ਚੰਗਾ ਸੁਨੇਹਾ ਦਿੰਦਾ ਸੁੰਦਰ ਵੀ ਹੁੰਦਾ ਹੈ ਸਿਹਤਮੰਦ ਵੀ ਹੁੰਦਾ ਹੈ ਔਰ ਉਸ ਦੇ ਸਿਰ ਤੇ ਇੱਕ ਨਿਰਵਾ ਜੀਵਨ ਵੀ ਪੜਦਾ ਹੈ ਸੋ ਵਗਦੇ ਪਾਣੀ ਚੰਗੇ ਲੱਗਦੇ ਆ ਉੱਚ ਪਵਿੱਤਰਤਾ ਵੀ ਹੈ ਸੁੰਦਰਤਾ ਵੀ ਹੈ ਨਰੋਆਪਨ ਵੀ ਹੈ ਉੱਚ ਚੰਗੀ ਸਿਹਤ ਵੀ ਹੈ ਉਹ ਪੀਣ ਲਈ ਵੀ ਸਵਾਦਲਾ ਹੈ ਨਹਾਉਣ ਲਈ ਵੀ ਸਵਾਦਲਾ ਹੈ ਆਪਣੇ ਆਪ ਨੂੰ ਸੁੰਦਰ ਬਣਾਉਣ ਲਈ ਵੀ ਆਪਣੇ ਆਪ ਨੂੰ ਸਵਾਰਨ ਦੇ ਲਈ ਵੀ ਉਹ ਕੰਮ ਆਉਂਦਾ ਹੈ ਖੜੋਂਦੇ ਬੁੱਸਦੇ ਨੇ ਜਿਹੜਾ ਪਾਣੀ ਦੂਸਰੀ ਤਰ੍ਹਾਂ ਦਾ ਪਾਣੀ ਖੜੋਤ ਦੀ ਅਵਸਥਾ 'ਚ ਹੁੰਦਾ ਹੈ ਖੜੋਤ ਦੀ ਅਵਸਥਾ ਰੁਕੀ ਹੋਏ ਪਾਣੀ ਦੀ ਗੱਲ ਕੀਤੀ ਹੈ ਬੁੱਸਦੇ ਨਹੀਂ ਬੁੱਸ ਜਾਂਦੇ ਆ ਉਹ ਇੱਕ ਸਮਾਂ ਹੁੰਦਾ ਉਹ ਖਰਾਬ ਹੋ ਜਾਂਦਾ ਉਹ ਪਾਣੀ ਉਹ ਵਰਤੋਂਯੋਗ ਪਾਣੀ ਨਹੀਂ ਹੁੰਦਾ ਉਹ ਪਾਣੀ ਕਿਸੇ ਕੰਮ ਦਾ ਨਹੀਂ ਹੁੰਦਾ ਸਗੋਂ ਉਹਦੇ ਵਿੱਚੋਂ ਬੁੱਸਣ ਕਰਕੇ ਬੂ ਮਾਰਨ ਕਰਕੇ ਉਸ ਪਾਣੀ 'ਚੋਂ ਬੋਹ ਆਣੀ ਸ਼ੁਰੂ ਹੋ ਜਾਂਦੀ ਹੈ ਉਹ ਜ਼ਿੰਦਗੀ ਦੀਆਂ ਬਿਮਾਰੀਆਂ ਫਲਾਉਣੀਆਂ ਸ਼ੁਰੂ ਕਰ ਦਿੰਦਾ ਉਸ ਬੁੱਸੇ ਹੋਏ ਪਾਣੀ ਨਾਲ ਕੋਈ ਵੀ ਨਹਾਉਣਾ ਨਹੀਂ ਚਾਹੁੰਦਾ ਬਹੇ ਪਾਣੀ ਨੂੰ ਕੋਈ ਪੀਣਾ ਨਹੀਂ ਚਾਹੁੰਦਾ ਛੱਪੜ ਦੇ ਪਾਣੀ 'ਚ ਕੋਈ ਨਹਾਉਣਾ ਨਹੀਂ ਚਾਹੁੰਦਾ ਕਹਿਣ ਦਾ ਭਾਵ ਕਿ ਜਿਹੜਾ ਖਲੋਤਾ ਹੋਇਆ ਪਾਣੀ ਹੈ ਉਹ ਵਿਨਾਸ਼ ਦਾ ਪ੍ਰਤੀਕ ਹੈ ਚੱਲਦਾ ਪਾਣੀ ਖੂਬਸੂਰਤੀ ਦਾ ਪ੍ਰਤੀਕ ਹੈ ਕਿ ਪਾਣੀ ਵਗਦੇ ਹੀ ਰਹਿਣ ਸੋ ਕਵੀ ਇਸ ਕਵਿਤਾ ਦੇ ਵਿੱਚ ਫਿਰ ਸੁਨੇਹਾ ਕੀ ਦੇ ਜਾਂਦਾ ਹੈ ਕਿ ਪਾਣੀ ਵਹਿੰਦਾ ਰਹਿਣਾ ਚਾਹੀਦਾ ਹੈ اپنی દિશા ਵੱਲ ਚੱਲਦਾ ਰਹਿਣਾ ਚਾਹੀਦਾ ਰੁਕਿਆ ਹੋਇਆ ਨਹੀਂ ਹੋਣਾ ਚਾਹੀਦਾ ਆਉ ਇਹਦੇ ਅਰਥ ਹੋਣਾ ਸੀ ਜ਼ਿੰਦਗੀ ਤੇ ਸਮਾਜ ਦੇ ਸੰਦਰਭ ਵਿੱਚ ਕਰੀਏ ਕਿ ਇੱਕ ਹਫਤਾ ਜਿਹੜੀ ਬੱਗ ਦੇ ਪਾਣੀ ਦਾ ਕਾਵਿਕ 빙ਭ ਉਸਾਰਦੀ ਹੈ ਕਹਿਣਾ ਕੀ ਚਾਹੁੰਦੀ ਹੈ ਜਿਸ ਤਰ੍ਹਾਂ ਵਹਿੰਦਾ ਹੋਇਆ ਚੱਲਦਾ ਹੋਇਆ ਪਾਣੀ ਖੂਬਸੂਤ ਸੁੰਦਰ ਨਿਰਵਾਹ ਹੁੰਦਾ ਹੈ ਨਿਰਵਾਹ ਸਮਾਜ ਸਿਰਜਦਾ ਹੈ ਨਰੋਇਆ ਜੀਵਨ ਦਿੰਦਾ ਹੈ ਉਸੇ ਤਰ੍ਹਾਂ ਜਿਹੜਾ ਵਿਅਕਤੀ ਵਗਦੇ ਹੋਏ ਪਾਣੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਗਤੀਸ਼ੀਲ ਰਹਿੰਦਾ ਹੈ ਸੰਘਰਸ਼ੀਲ ਰਹਿੰਦਾ ਯਤਨਸ਼ੀਲ ਰਹਿੰਦਾ ਵਿਕਾਸ ਕਰਦਾ ਰਹਿੰਦਾ ਹੈ ਉਸ ਦੀ ਜ਼ਿੰਦਗੀ ਨਰੋਈ ਤਰੋਤਾਜ਼ਾ ਖੂਬਸੂਰਤ ਹੁੰਦੀ ਹੈ ਗਤੀਸ਼ੀਲ ਮਤਲਬ ਇਹ ਹੈ ਕਿ ਖੜੋਤ ਦੀ ਅਵਸਥਾ 'ਚ ਨਹੀਂ ਹੁੰਦਾ ਕਿਸੇ ਨਾ ਕਿਸੇ ਕੰਮ 'ਚ ਲੱਗਾ ਹੁੰਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਨੋਰਥ ਮਿਤਦਾ ਹੈ ਤੇ ਉਹਦੇ ਤੇ ਉਹ ਚੱਲਦਾ ਰਹਿੰਦਾ ਹੈ ਉਹ ਰੁਕਦਾ ਨਹੀਂ ਹੈ ਉਹ ਆਲਸੀ ਨਹੀਂ ਹੁੰਦਾ ਉਹਦਾ ਜੀਵਨ ਵਹਿੰਦੇ ਹੋਏ ਪਾਣੀ ਦੀ ਤਰ੍ਹਾਂ ਸੁੰਦਰ ਖੁਸ਼ਹਾਲੀ ਭਰਿਆ ਨਰਵਾ ਤਰੋਤਾਜ਼ਾ ਹੁੰਦਾ ਹੈ ਕਿ ਪਾਣੀ ਵਗਦੇ ਹੀ ਰਹੇ ਜੀਵਨ ਦੇ ਵਿੱਚ ਹਮੇਸ਼ਾ ਵਿਅਕਤੀ ਨੂੰ ਇਹ ਪ੍ਰਯਾਸ ਕਰਨਾ ਚਾਹੀਦਾ ਹੈ ਕਿ ਆਪਣੇ ਜੀਵਨ ਦੇ ਵਿੱਚ ਉਹ ਅਗਾਂਹ ਵਧੂ ਪੈਣਾ ਪਾਉਂਦਾ ਰਹੇ ਕੋਈ ਨਾ ਕੋਈ ਕੰਮ ਕਰਦਾ ਰਹੇ ਯਤਨਸ਼ੀਲ ਰਹੇ ਕਿਰਿਆਸ਼ੀਲ ਰਹੇ ਕਿਉਂਕਿ ਖੜੋਤ ਦੀ ਅਵਸਥਾ ਵਾਲਾ ਰੁਕਿਆ ਹੋਇਆ ਜੀਵਨ ਰੁਕਾਵਟਾਂ ਭਰਿਆ ਹੁੰਦਾ ਹੈ ਅਤੇ ਉਹ ਜੀਵਨ ਜਿਸ ਤਰ੍ਹਾਂ ਬੁੱਸੇ ਹੋਏ ਪਾਣੀ ਦੀ ਤਰ੍ਹਾਂ ਬੋ ਮਾਰਨ ਵਾਲਾ ਹੁੰਦਾ ਹੈ ਉਹ ਆਲਸੀ ਬਣ ਜਾਂਦਾ ਹੈ ਉਦੀ ਜ਼ਿੰਦਗੀ ਦੇ ਵਿੱਚ ਵਿਕਾਸ ਦੀ ਜਗ੍ਹਾ ਤੇ ਵਿਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਇਹ ਕਵਤਾ ਜ਼ਿੰਦਗੀ ਦੇ ਵਿੱਚ ਗਤੀਸ਼ੀਲ ਰਹਿਣ ਦੇ ਲਈ ਯਤਨਸ਼ੀਲ ਰਹਿਣ ਦੇ ਲਈ ਵਿਕਾਸ ਕਰਦੇ ਰਹਿਣ ਦੇ ਲਈ ਆਪਣੀ ਮੰਜ਼ਿਲ ਵੱਲ ਵਧਦੇ ਰਹਿਣ ਦੇ ਲਈ ਪ੍ਰੇਰਦੀ ਹੈ ਉਹਦੇ ਲਈ ਕਵੀ ਨੇ ਵਗਦੇ ਪਾਣੀ ਦਾ ਕਾਵਿਕ ਵਿਭ ਵਰਤਿਆ ਜਦੋਂ ਅਸੀਂ ਕਵਤਾ ਦੇ ਵਿੱਚ ਇਸਦੇ ਫਗ ਦੇ ਪਾਣੀ ਦੇ ਕਵਕ ਮੈਮ ਦੀ ਗੱਲ ਕਰਦੇ ਆ ਤਾਂ ਇਸ ਦੇ ਨਾਲ ਹੀ ਇਸ ਕਵਤਾ ਦੇ ਵਿੱਚ ਜਿਹੜਾ ਅਗਲਾ ਕਵਕ ਬੰਦ ਹੈ ਉਹ ਹੈ ਕਿ ਜਿੰਦਾਂ ਮਿਲੀਆਂ ਹੀ ਰਹਿ ਕਿ ਮਿਲੀਆਂ ਜਿੰਦੀਆਂ ਨੇ ਜਿੰਦਾਂ ਮਿਲੀਆਂ ਹੀ ਰਹਿਣ ਕਿ ਮਿਲਿਆਂ ਜਿੰਦਾਂ ਮਿਲੀਆਂ ਹੀ ਰਹਿਣ ਕਿ ਮਿਲੀਆਂ ਜਿੰਦੀਆਂ ਨੇ ਵਿਛੜੀਆਂ ਮਰਦੀਆਂ ਨੇ ਕਿ ਜਿੰਦਾਂ ਮਿਲੀਆਂ ਹੀ ਰਹਿਣ ਸੋ ਇਹ ਜਿਹੜਾ ਕਾਵਿਕ ਬੰਦ ਜਿੰਦ ਜੀਵਨ ਦੀ ਗੱਲ ਹੈ ਮਿਲੀਆਂ ਮਲਾਪ ਦੀ ਗੱਲ ਸਾਂਝੀ ਵਾਲਤਾ ਦੀ ਗੱਲ ਹੈ ਭਾਈਚਾਰਕ ਸਾਂਝ ਦੀ ਗੱਲ ਹੈ ਵਿਛੜੀਆਂ ਮਰਦੀਆਂ ਨੇ ਵਿਛੋੜਾ ਇਕਲਤਾ ਸੰਤਾਪ ਦੁੱਖ ਸੋ ਇਸ ਬੰਧ ਦੇ ਰਾਹੀਂ ਕਵੀ ਨੇ ਸੁਨੇਹਾ ਦਿੱਤਾ ਹੈ ਕਿ ਇੱਕ ਮਨੁੱਖ ਦੇ ਵਿੱਚ ਭਾਈਚਾਰਕ ਸਾਂਝ ਹੋਣੀ ਚਾਹੀਦੀ ਹੈ ਉਸ ਵਿੱਚ ਸਾਂਝੀਵਾਲਤਾ ਹੋਣੀ ਚਾਹੀਦੀ ਹੈ ਉਸ ਵਿੱਚ ਸਮਾਜ ਨੂੰ ਬਿਹਤਰ ਬਣਾਉਣ ਦੀ ਮਿਲਵਰਤਨ ਦੀ ਭਾਵਨਾ ਹੋਣੀ ਚਾਹੀਦੀ ਹੈ ਕਿਉਂਕਿ ਇਕਲਤਾ ਦੇ ਵਿੱਚ ਵਿਛੋੜੇ ਦੇ ਵਿੱਚ ਮੌਤ ਹੈ ਵਿਨਾਸ਼ ਹੈ ਸੋ ਇਸ ਕਰਕੇ ਵਿਕਾਸ ਦੇ ਲਈ ਆਪਸੀ ਬਾਈ ਚਰਕ ਸਾਂਝ ਦਾ ਸੁਨੇਹਾ ਦੀ ਇਸ ਕਵਿਤਾ ਦੇ ਵਿੱਚ ਦਿੱਤਾ ਗਿਆ ਜਿਸ ਦੇ ਨਾਲ ਜੀਵਨ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ ਜੀਵਨ ਉਤਸ਼ਾਹਜਨਕ ਹੁੰਦਾ ਹੈ ਸੋ ਕਵੀ ਇਸੇ ਕਰਕੇ ਕਹਿੰਦਾ ਕਿ ਜਿੰਦਾਂ ਮਿਲੀਆਂ ਹੀ ਰਹਿਣ ਕਿ ਮਿਲੀਆਂ ਜੀਦੀਆਂ ਨੇ ਵਿਛੜਿਆ ਮਰਦੀਆਂ ਨੇ ਕਿ ਜਿੰਦਾਂ ਮਿਲੀਆਂ ਹੀ ਰਹਿਣ ਅਗਲਾ ਕਾਵਿਕ ਬੰਦ ਰੂਹ ਦੀ ਉੱਚੀ ਉਡਾਰੀ ਨਾਲ ਸੰਬੰਧਤ ਹੈ ਉੱਚੀ ਰੂਹ ਦੀ ਉਡਾਰੀ ਉੱਚੀ ਸੋਚ ਵਿਕਾਸ ਲੈ ਕੇ ਆਉਂਦੀ ਹੈ ਤੇ ਜੇ ਰੂਹ ਦੀ ਸੋਚ ਦੀ ਉੱਚੀ ਉਡਾਰੀ ਹੈ ਨਹੀਂ ਉੱਚੀ ਸੋਚ ਹੈ ਨਹੀਂ ਤੇ ਉਹਦੇ ਨਾਲ ਨਿਰਾਸ਼ਾ ਆਉਂਦੀ ਹੈ ਗਰਾਵਟ ਆਉਂਦੀ ਹੈ ਸੋ ਕਵੀ ਇੱਥੇ ਰੂਹ ਦੀ ਉੱਚੀ ਉਡਾਰੀ ਦਾ ਬਿੰਬ ਉਸਾਰਦਾ ਹੈ ਰੂਹ ਦੀਆਂ ਰੂਹਾਂ ਉੱਡਦੀਆਂ ਹੀ ਰਹਿਣ ਰੂਹ ਦੀ ਉਡਾਰੀ ਦੀ ਗੱਲ ਹੈ ਉੱਚੀ ਸੋਚ ਰੱਖਣ ਦੀ ਗੱਲ ਹੈ ਕਿ ਉਡਣਾਂ ਚੜਦੀਆਂ ਚੜਦੀਆਂ ਦਾ ਮਤਲਬ ਵਿਕਾਸ ਹੁੰਦਾ ਅਟਕਿਆ ਡਿੱਗਦੀਆਂ ਨੇ ਕਿ ਰੂਹਾਂ ਉਡਦੀਆਂ ਹੀ ਰਹਿਣ ਅਟਕਣ ਦਾ ਮਤਲਬ ਰੁਕਾਵਟ ਖੜੋਤ ਜੇ ਕੋਈ ਰੁਕਾਵਟ ਹੈ ਤੇ ਉਹਦੇ ਨਾਲ ਰੂਹ ਦੀ ਸੋਚ ਦੀ ਉੱਚੀ ਉਡਾਰੀ ਦੇ ਨਾਲ ਵਿਕਾਸ ਨਹੀਂ ਹੁੰਦਾ ਗ੍ਰਾਵਟ ਆਉਂਦੀ ਹੈ ਕਿ ਰੂਹਾਂ ਉਡਦੀਆਂ ਹੀ ਰਹਿਣ ਸੋ ਇਸ ਕਰਕੇ ਇੱਕ ਸੁਨੇਹਾ ਵੀ ਦਿੱਤਾ ਕਵੀ ਨੇ ਆਸ ਵੀ ਕੀਤੀ ਹੈ ਔਰ ਇੱਕ ਇਹ ਸੋਚ ਵੀ ਰੱਖੀ ਹੈ ਇਸ ਧਰਤੀ ਦੇ ਮਨੁੱਖ ਨੂੰ ਆਪਣੀ ਸੋਚ ਦੀਆਂ ਆਪਣੇ ਕੰਮ ਦੀਆਂ ਉੱਚੀਆਂ ਉਡਾਰੀਆਂ ਲਗਾਉਣੀਆਂ ਚਾਹੀਦੀਆਂ ਹਨ ਸੋਚ ਵੀ ਬੁਲੰਦੀਆਂ ਤੇ ਹੋਵੇ ਤੇ ਉਸ ਦਾ ਕੰਮ ਵੀ ਬੁਲੰਦੀਆਂ ਤੇ ਹੀ ਹੋਣਾ ਚਾਹੀਦਾ ਹੈ ਇਹ ਇਸ ਕਵਿਤਾ ਦੇ ਵਿੱਚ ਕਵੀ ਨੇ ਪੈਗਾਮ ਦਿੱਤਾ ਹੈ ਸੁਨੇਹਾ ਦਿੱਤਾ ਹੈ ਅਗਲਾ ਕਾਵਿਕ ਬੰਦ ਵੀ ਬੜਾ ਪ੍ਰੇਰਨਾ ਜਨਕ ਹੈ ਇਸ ਸਾਰੀ ਦੀ ਸਾਰੀ ਕਵਤਾ ਦੇ ਵਿੱਚ ਇੱਕ ਵੱਡੀ ਪ੍ਰੇਰਣਾ ਹੈ ਇੱਕ ਦਿਸ਼ਾ ਹੈ ਇੱਕ ਸੁਨੇਹਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਹੁਣ ਕਵੀ ਆਖਰੀ ਇਸ ਬੰਦ ਦੇ ਵਿੱਚ ਕੀ ਕਹਿ ਰਿਹਾ ਤੇ ਮੈਂ ਟੁਰਦਾ ਹੀ ਰਹਾ ਮੈਂ ਟੁਰਦਾ ਹੀ ਰਹਾ ਕਿ ਟੁਰਿਆਂ ਵੱਧਦਾ ਹੁਣ ਮੈਂ ਦਾ ਮਤਲਬ ਇੱਥੇ ਕਵੀ ਨਹੀਂ ਹੈ ਮੈਂ ਦਾ ਮਤਲਬ ਇੱਥੇ ਡਾਕਟਰ ਦੇਵਾਨ ਸਿੰਘ ਕਾਲੇਪਾਣੀ ਨਹੀਂ ਹੈ ਕਉ ਕਵਤਾ ਦੀ ਮੈਂ ਕਵਤਾ ਦੀ ਮੈਂ ਨਿਜ ਨਹੀਂ ਹੁੰਦਾ ਕਵਤਾ ਦੀ ਮੈਂ ਨਿਜ ਤੋਂ ਪਰ ਤੱਕ ਦੀ ਉਡਾਰੀ ਲਗਉਂਦਾ ਭਾਵ ਇਹ ਮੈਂ ਮਨੁੱਖ ਨਾਲ ਵੀ ਸੰਬੰਧਤ ਹੈ ਇਹ ਮੈਂ ਨਿਜ ਤੋਂ ਪਰ ਫੈਲਦੀ ਹੈ ਇਹ ਸਮਾਜ ਨਾਲ ਵੀ ਜੁੜੀ ਹੈ ਇਹ ਵੱਖਰੇ ਵੱਖਰੇ ਅਰਥ ਦਿੰਦੀ ਹੈ ਕਵਤਾ ਦੇ ਸੰਦਰਭ ਦੇ ਵਿੱਚ ਤੇ ਮੈਂ ਤੁਰਦਾ ਹੀ ਇੱਥੇ ਮਨੋਕhti ਗੱਲ ਕੀਤੀ ਹੈ ਕਿ ਉਸ ਨੂੰ ਆਪਣੀ ਮੰਜ਼ਲ ਵੱਲ ਵਧਦੇ ਰਹਿਣਾ ਚਾਹੀਦਾ ਹੈ ਰੁਕਣਾ ਨਹੀਂ ਚਾਹੀਦਾ ਤੁਰਦੇ ਰਹਿਣਾ ਚਾਹੀਦਾ ਯਤਨਸ਼ੀਲ ਲੈਣਾ ਚਾਹੀਦਾ ਅਗਾਹ ਵਧੂ ਰਹਿਣਾ ਚਾਹੀਦਾ ਕਿਉਂ ਕਿ ਤੁਰਿਆਂ ਵੱਧਦਾ ਕਿਉਂਕਿ ਕਵੀ ਇਹ ਸੁਨੇਹਾ ਦਿੰਦਾ ਹੈ ਕਿ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕੰਮ ਕਰਦੇ ਰਹਿੰਦੇ ਹੋ ਅੱਗੇ ਵੱਧਦੇ ਰਹਿੰਦੇ ਹੋ ਤੇ ਉਸ ਦੇ ਨਾਲ ਵਿਕਾਸ ਹੁੰਦਾ ਹੈ ਅਲਸੀ ਬੰਦਾ ਕਦੇ ਵੀ ਵਿਕਾਸ ਨਹੀਂ ਕਰ ਸਕਦਾ ਇਸ ਕਰਕੇ ਕਵੀ ਨਿਰੰਤਰ ਆਪਣੀ ਦਿਸ਼ਾ ਵੱਲ ਵੱਧਦੇ ਰਹਿਣ ਦਾ ਸੁਨੇਹਾ ਦਿੰਦਾ ਖਲੋਇਆਂ ਘਟਦਾ ਕਵਤਾ ਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਖੜੋਦ ਦੀ ਅਵਸਥਾ ਹੈ ਤਾਂ ਜ਼ਿੰਦਗੀ ਰੁਕਦੀ ਹੈ ਸਮਾਜ ਰੁਕਦਾ ਹੈ ਵਿਕਾਸ ਰੁਕਦਾ ਹੈ ਅਸੀਂ ਖਾਨੀ ਵਾਲੇ ਪਾਸੇ ਜਾਂਦੇ ਹਾਂ ਤੋ ਇਸ ਕਰਕੇ ਹਰ ਵਿਅਕਤੀ ਨੂੰ ਚਾਹੇ ਉਹਦੀ ਮੰਜ਼ਲ ਆਈ ਹੈ ਚਾਹੇ ਨਹੀਂ ਆਈ ਚਾਹੇ ਉਸ ਨੂੰ ਸਫਲਤਾ ਮਿਲੀ ਹੈ ਚਾਹੇ ਸਫਲਤਾ ਨਹੀਂ ਮਿਲੀ ਕੰਮ ਕਰਨ ਦੀ ਪ੍ਰੇਰਣਾ ਇਸ ਖਫਤਾ 'ਚ ਦਿੱਤੀ ਗਈ ਹੈ ਖੜੋਦ ਦੀ ਅਵਸਥਾ ਨਹੀਂ ਹੋਣੀ ਚਾਹੀਦੀ ਕਿਉਂਕਿ ਖੜੋਦ ਦੀ ਅਵਸਥਾ ਦੇ ਵਿੱਚ ਖਲੋਇਆਂ ਘਟਦਾ ਹਾਂ ਵਿਨਾਸ਼ ਹੁੰਦਾ ਹੈ ਨੀਰਸਤਾ ਆਉਂਦੀ ਆ ਅਵੇਸਲਾਪਾਣਾ ਆਉਂਦਾ ਖੜੋਦ ਦੀ ਅਵਸਥਾ ਹੁੰਦੀ ਹੈ ਨੀਰਸ ਅਵਸਥਾ ਹੁੰਦੀ ਹੈ ਤੇ ਅਖੀਰ 'ਚ ਕਵੀ ਕੀ ਕਹਿੰਦਾ ਕਿ ਹਾਂ ਮੈਂ ਟੁਰਦਾ ਹੀਰਾ ਸੁਨੇਹਾ ਦਿੱਤਾ ਗਿਆ ਹੈ ਕਿ ਮਨੁੱਖ ਨੂੰ ਤੁਰਦੇ ਰਹਿਣਾ ਚਾਹੀਦਾ ਹੈ ਵਿਕਾਸ ਕਰਦੇ ਰਹਿਣਾ ਚਾਹੀਦਾ ਹੈ ਗਤੀਸ਼ੀਲ ਰਹਿਣਾ ਚਾਹੀਦਾ ਹੈ ਅਗਾਹ ਵਧੂ ਰਹਿਣਾ ਚਾਹੀਦਾ ਹੈ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਚਾਹੀਦਾ ਆਪਣੇ ਸਵਾਜ ਦੇ ਲਈ ਮਨ ਲੋਕੀ ਇੱਕ ਮੰਜ਼ਲ ਪ੍ਰਾਪਤ ਹੋ ਗਈ ਹੈ ਤਾਂ ਉਸ ਤੋਂ ਅੱਗੇ ਦੂਸਰੀ ਮੰਜ਼ਲ ਦੀ ਨਿਸ਼ਚਾ ਹੋਣੀ ਚਾਹੀਦੀ ਹੈ ਉਸ ਨੂੰ ਮਿੱਥ ਕੇ ਉਹਦੇ ਵੱਲ ਵਧਣਾ ਚਾਹੀਦਾ ਹੈ ਫਿਰ ਤੀਸਰੀ ਮੰਡਲ ਚੌਥੀ ਮੰਜ਼ਲ ਆਪਣੇ ਜੀਵਨ ਦੇ ਵਿੱਚ ਕੋਈ ਨਾ ਕੋਈ ਕੰਮ ਕਰਦੇ ਰਹਿਣਾ ਚਾਹੀਦਾ ਹੈ ਸੋ ਇੱਕ ਹਫਤਾ ਮਨੋਕਨੋ ਅੱਗੇ ਵਧਣ ਦੀ ਇੱਕ ਪ੍ਰੇਰਣਾ ਦਿੰਦੀ ਹੈ। ਸੋ ਜਦੋਂ ਅਸੀਂ ਇਸ ਦੇ ਕੇਂਦਰੀ ਭਾਵ ਦੀ ਗੱਲ ਕਰਦੇ ਹਾਂ ਕਿਉਂਕਿ 12ਵੀਂ ਜਮਾਤ ਦੇ ਵਿੱਚ ਜੋ ਸਾਡਾ ਸਿਲੇਬਸ ਨਿਰਧਾਰਤ ਕੀਤਾ ਗਿਆ ਉਹਦੇ ਵਿੱਚ ਇਸ ਹਫ਼ਤਾ ਦੇ ਵਿੱਚੋਂ ਕੇਂਦਰੀ ਭਾਵ ਹੀ ਆਉਣਾ ਹੈ। ਕੇਂਦਰੀ ਭਾਵ ਤਾਂ ਹੀ ਅਸੀਂ ਦੇ ਸਕਦੇ ਹਾਂ ਜੇਕਰ ਇਸ ਹਫ਼ਤਾ ਦੀ ਪੂਰੀ ਸਾਨੂੰ ਸੋਝੀ ਹੈ, ਇਸ ਹਫ਼ਤਾ ਦੀ ਪੂਰੀ ਸਾਨੂੰ ਸਮਝ ਹੈ। ਕਵੀ ਕੀ ਸੁਨੇਹਾ ਦਿੰਦਾ ਹੈ? ਕਿ ਵਗਦੇ ਪਾਣੀ ਦਾ ਇੱਕ ਕਾਵਿਕ ਬਿੰਬ ਹੈ ਜਿਸ ਰਾਹੀਂ ਕਵੀ ਨੇ ਮਨੁੱਖ ਨੂੰ ਗਤੀਸ਼ੀਲ ਰਹਿਣ ਦੇ ਲਈ ਅਗਾਹ ਵਧੂ ਰਹਿਣ ਦੇ ਲਈ ਇਨਸਾਨੀ ਮੋਹ ਵਾਲੇ ਤੇ ਉੱਚੀ ਸੋਚ ਵਾਲੇ ਜੀਵਨ ਜੀਉਣ ਦੀ ਪ੍ਰੇਰਣਾ ਦਿੱਤੀ ਹੈ ਕਹਿਣ ਦਾ ਭਾਵ ਕਿ ਇਸ ਕਵਿਤਾ ਦਾ ਮੁੱਖ ਭਾਵ ਵਗਦੇ ਹੋਏ ਪਾਣੀ ਦੀ ਤਰ੍ਹਾਂ ਗਤੀਸ਼ੀਲ ਅਗਾਂਵਧੂ ਰਹਿਣ ਦੀ ਪ੍ਰੇਰਣਾ ਨਾਲ ਸੰਬੰਧਤ ਹੈ ਤੇ ਇਸੇ ਵਿੱਚ ਹੀ ਵਿਅਕਤੀ ਦਾ ਸਮਾਜ ਦਾ ਵਿਕਾਸ ਹੈ ਜੇਕਰ ਉਹ ਆਪਣੀ ਮੰਜ਼ਲ ਵੱਲ ਵੱਧਦਾ ਨਹੀਂ ਹੈ ਖੜੋਤ ਦੀ ਅਵਸਥਾ ਵਿੱਚ ਹੁੰਦਾ ਹੈ ਅਵੇਸਲਾ ਹੁੰਦਾ ਹੈ ਤਾਂ ਉਹਦੇ ਨਾਲ ਇੱਕ ਨਿਰਾਸ਼ਾ ਵਿਨਾਸ਼ ਉਤਪਨ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਖੜੋਤ ਆਉਂਦੀ ਹੈ ਸਮਾਜ ਰੁਕਦਾ ਹੈ ਤਾਂ ਇਸ ਕਰਕੇ ਇਸ ਕਵਤਾ ਦੇ ਰਾਹੀਂ ਕਵੀ ਨੇ ਇਹ ਹੀ ਪ੍ਰੇਰਣਾ ਦਿੱਤੀ ਹੈ ਕਿ ਵਗਦੇ ਹੋਏ ਪਾਣੀ ਦੀ ਤਰ੍ਹਾਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ ਅਗਾਹ ਵਧੂ ਜੀਵਨ ਬਤੀਤ ਕਰਨਾ ਚਾਹੀਦਾ ਹੈ ਪ੍ਰਗਤੀਸ਼ੀਲ ਰਹਿਣਾ ਚਾਹੀਦਾ ਹੈ ਰੁਕੀ ਹੋਈ ਅਵੇਸਲੀ ਖੜੋਤ ਵਾਲੀ ਜ਼ਿੰਦਗੀ ਨਿਰਾਸ਼ਾਜਨਕ ਹੁੰਦੀ ਹੈ ਵਿਨਾਸ਼ ਵਾਲੀ ਹੁੰਦੀ ਹੈ ਸੋ ਸਾਨੂੰ ਪੂਰੀ ਆਸ ਹੈ ਕਿ ਇਹ ਕਵਤਾ ਪੂਰੀ ਤਰ੍ਹਾਂ ਤੁਹਾਨੂੰ ਸਮਝ ਚ ਵੀ ਆਈ ਹੋਵੇਗੀ ਇਸ ਕਵਤਾ ਨੂੰ ਚੰਗੀ ਤਰ੍ਹਾਂ ਸਮਝ ਵੀ ਲਿਆ ਹੋਵੇਗਾ। ਔਰ ਪ੍ਰੀਖਿਆ ਦੇ ਪੱਖੋਂ ਇਸ ਦਾ ਕੇਂਦਰੀ ਭਾਵ ਕੀ ਹੈ, ਮੁੱਖ ਭਾਵ ਕੀ ਹੈ, ਉਹਦਾ ਵੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਇਸ ਕਵਤਾ ਰਾਹੀਂ ਅਸੀਂ ਕੀ ਸਿੱਖਦੇ ਹਾਂ? ਉਸ ਦੀ ਸਮਝ ਆ ਗਈ ਹੋਵੇਗੀ। ਔਰ ਉਸ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਅਪਣਾਉਣ ਦਾ ਵੀ ਯਤਨ ਕਰੋਗੇ। ਕਿਉਂਕਿ ਡਾਕਟਰ ਦੇਵਾਂਤ ਸਿੰਘ ਕਾਲੇਪਾਣੀ ਵੀ ਆਪਣੀ ਜ਼ਿੰਦਗੀ 'ਚ ਕਦੇ ਵਿਹਲੇ ਨਹੀਂ ਬੈਠੇ ਸਨ। ਉਹ ਵੀ ਹਮੇਸ਼ਾ ਸਰਗਰਮ ਰਹੇ। ਆਪਣੇ ਕੰਮ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੀ ਸਮਾਜ ਸੇਵਾ ਦੇ ਵਿੱਚ ਜਿਸ ਕਰਕੇ ਉਹਨਾਂ ਨੂੰ ਸ਼ਹਾਦਤ ਦਾ ਨਸੀਬ ਹੋਈ ਉਹਨਾਂ ਦਾ ਅੱਜ ਨਾ ਹੈ ਤੁਸੀਂ ਉਹਨਾਂ ਨੂੰ ਪੜ ਰਹੇ ਹੋ ਉਹਨਾਂ ਬਾਰੇ ਸੁਣ ਰਹੇ ਹੋ ਇਹ ਉਹਨਾਂ ਦਾ ਉਹਨਾਂ ਦੀ ਇਤਿਹਾਸਿਕ ਪ੍ਰਾਪਤੀ ਹੈ ਉਹਨਾਂ ਦੇ ਉੱਚੇ ਸੁੱਚੇ ਜੀਵਨ ਦੀ ਇੱਕ ਇਤਿਹਾਸਿਕ ਪ੍ਰਾਪਤੀ ਹੈ ਸੋ ਆਪਣੀ ਇਸੇ ਕਵਤਾ ਵਰਗਾ ਉਹਨਾਂ ਦਾ ਆਪਣਾ ਜੀਵਨ ਰਿਹਾ ਇਹ ਕਵਤਾ ਉਹਨਾਂ ਦੇ ਜੀਵਨ ਚੋਂ ਨਿਕਲੀ ਹੈ ਜੋ ਨਾ ਹੰਡਾਇਆ ਉਹਨਾਂ ਤਜਰਬਿਆਂ ਚੋਂ ਨਿਕਲੀ ਐ ਸੋ ਕੁਝ ਪ੍ਰਸ਼ਨ ਨੇ ਅਭਿਆਸ ਵਜੋਂ ਇਹ ਪ੍ਰਸ਼ਨ ਤੁਸੀਂ ਨੋਟ ਕਰਨੇ ਹਨ ਇਹਨਾਂ ਪ੍ਰਸ਼ਨਾਂ ਨੂੰ ਨੋਟ ਕਰਕੇ ਤੁਸੀਂ ਇਹਨਾਂ ਦੇ ਜਵਾਬ ਲਿਖਣੇ ਹਨ ਕਾਪੀਆਂ ਤੁਹਾਡੇ ਕੋਲ ਹੋਣਗੀਆਂ ਉਹਨਾਂ ਕਾਪੀਆਂ 'ਤੇ ਇਹਨਾਂ ਨੂੰ ਲਿਖਣਾ ਹੈ ਸੋ ਤੁਹਾਡੇ ਲਈ ਪਹਿਲਾ ਪ੍ਰਸ਼ਨ ਹੈ ਡਾਕਟਰ ਦੇਵਾਨ ਸਿੰਘ ਕਾਲੇਪਣੇ ਦੀ ਕਿਸੇ ਇੱਕ ਕਵਤਾ ਦਾ ਨਾਂ ਦੱਸੋ ਆਰਾਮ ਦੇ ਵਿੱਚ ਅਸੀਂ ਤੁਹਾਨੂੰ ਕਵਤਾਵਾਂ ਬਾਰੇ ਜਾਣਕਾਰੀ ਦਿੱਤੀ ਸੀ ਕਿਹੜੇ ਕਿਹੜੇ ਕਾਫ਼ ਸੰਗ੍ਰਹਿ ਸਨ ਇੱਕ ਕਵਤਾ ਦੀ ਡਿਸਕਸ਼ਨ ਅਸੀਂ ਇਸ ਲੈਕਚਰ ਦੇ ਵਿੱਚ ਵੀ ਕੀਤੀ ਹੈ ਕਵਤਾ ਦਾ ਵਿਸ਼ਲੇਸ਼ਣ ਵੀ ਕੀਤਾ ਕਵਤਾ ਸੁਣਾਈ ਵੀ ਹੈ ਸੋ ਤੁਸੀਂ ਕੇਵਲ ਇੱਕ ਕਵਤਾ ਦਾ ਨਾਂ ਦੱਸਣਾ ਹੈ ਇਹ ਪ੍ਰਸ਼ਨ ਹੈ ਤਾਂ ਜਵਾਬ ਅਸੀਂ ਨਹੀਂ ਦੇਣਾ ਤੁਹਾਨੂੰ ਵੈਸ਼ੰਦੂਸਰਾ ਹੈ ਕਿ ਹੇਠ ਲਿਖਿਆਂ ਚੋਂ ਜਾਂ ਜਿਹੜੇ ਮੈਂ ਨਾਂ ਬੋਲਾਂਗਾ ਉਹਨਾਂ ਦੇ ਵਿੱਚੋਂ ਕਿਹੜਾ ਕਾਵ ਸੰਗ੍ਰਹਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਲਿਖਿਆ ਏ ਜਵਾਬ ਤੁਸੀਂ ਦੇਣਾ ਔਰ ਤੁਸੀਂ ਇਹ ਜਵਾਬ ਆਪਣੀਆਂ ਕਾਪੀਆਂ ਤੇ ਦੇਣਾ ਮੇਰੀ ਗੱਲ ਤੁਸੀਂ ਸੁਣ ਰਹੇ ਹੋ ਮੈਨੂੰ ਪਤਾ ਬੜੇ ਧਿਆਨ ਦੇ ਨਾਲ ਸੁਣਦੇ ਹੋਵੋਗੇ ਤੇ ਇਹਨਾਂ ਚੋਂ ਜਿਹੜਾ ਮੈਂ ਨਾਂ ਲਗਾ ਬੋਲਣਾ ਤੁਸੀਂ ਸਿਰਫ ਇੱਕ ਲਿਖਣਾ ਕਿ ਕਿਹੜਾ ਕਾਫ ਸੰਗ੍ਰਹਿ ਹੈ ਜਿਹੜਾ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਨੇ ਲਿਖਿਆ ਹੈ ਉਹਦੇ 'ਚ ਇੱਕ ਹੈ ਲੂਣਾ ਕੀ ਲੂਣਾ ਲਿਖਿਆ ਦੂਸਰਾ ਹੈ ਹੀਰ ਕੀ ਹੀਰ ਲਿਖੀ ਹੈ ਤੀਸਰਾ ਹੈ ਸੁਨੇਹੜੇ ਕੀ ਸੁਨੇਹੜੇ ਕਾਫ ਸੰਗ੍ਰਹਿ ਲਿਖਿਆ ਚੌਥਾ ਹੈ ਅੰਤਿਮ ਲਹਿਰਾਂ ਕੀ ਅੰਤਿਮ ਲਹਿਰਾਂ ਲਿਖਿਆ ਸਹੀ ਜਵਾਬ ਤੁਸੀਂ ਦੇਣਾ ਇਹ ਤੁਹਾਡੇ ਲਈ ਹੈ ਉੱਤਰ ਅਸੀਂ ਤੁਹਾਨੂੰ ਨਹੀਂ ਦੇਣਾ ਅਗਲਾ ਪ੍ਰਸ਼ਨ ਹੈ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਿਸੇ ਇੱਕ ਕਵਤਾ ਦੀਆਂ ਚਾਰ ਤੁਕਾਂ ਤੁਸੀਂ ਲਿਖਣੀਆਂ ਹਨ ਤੇ ਯਾਦ ਕਰਨੀਆਂ ਨੇ ਲਿਖ ਕੇ ਤੁਸੀਂ ਉਹਨਾਂ ਨੂੰ ਆਪਣੇ ਅਧਿਆਪਕ ਨੂੰ ਜ਼ੁਬਾਨੀ ਸੁਣਾਉਣਾ ਹੈ ਇਹ ਆਪਣੇ ਆਪ ਕਿਤੇ ਉਹ ਨਕਲ ਨਹੀਂ ਮਾਰਨੀ ਕਿਉਂਕਿ ਮੈਂ ਆਸ ਕਰਦਾ ਕਿ ਜਿਹੜੇ ਮੈਨੂੰ ਸੁਣ ਰਹੇ ਆ ਉਹ ਇਦਾਂ ਦੀ ਨਕਲ ਨਹੀਂ ਮਾਰਨਗੇ ਜਿਹੜੀ ਭਵਿੱਖ ਦੇ ਵਿੱਚ ਇੱਕ ਵੱਡੀ ਰੁਕਾਵਟ ਬਣਦੀ ਹੈ ਆਪਣੇ ਆਪ ਕੰਮ ਕਰਨਗੇ ਇਹ ਤੁਹਾਡੇ ਕੋਲੋਂ ਅਸੀਂ ਆਸ ਕਰਦੇ ਹਾਂ ਅਗਲਾ ਪ੍ਰਸ਼ਨ ਹੈ ਕਿ ਔਖੇ ਸ਼ਬਦਾਂ ਦੇ ਅਰਥ ਲਿਖੋ ਇਹ ਔਖੇ ਸ਼ਬਦ ਉਹ ਨੇ ਜਿਹੜੇ ਇਸ ਕਵਿਤਾ ਵਿੱਚ ਆਏ ਨੇ ਔਰ ਬੱਲਾ ਸੁੰਦੇ ਇਹ ਸ਼ਬਦ ਨੋਟ ਕਰ ਲਓ ਸੁੰਦੇ ਇਹਦੇ ਅਰਥ ਤੁਸੀਂ ਲਿਖਣੇ ਹਨ ਸੁੰਦੇ ਦੇ ਕੀ ਅਰਥ ਹਨ ਅਗਲਾ ਸ਼ਬਦ ਹੈ ਖੜੋਂਦੇ ਖੜੋਂਦੇ ਇਸ ਕਵਿਤਾ ਚ ਸ਼ਬਦ ਆ ਇਹਦੇ ਅਰਥ ਵੀ ਤੁਸੀਂ ਆਪ ਲਿਖਣੇ ਹਨ ਤੀਸਰਾ ਸ਼ਬਦ ਹੈ ਬੁਸਦੇ ਬੁਸਦੇ ਕੀ ਅਰਥ ਹੁੰਦਾ ਇਹਦਾ ਇਹਦਾ ਜਵਾਬ ਵੀ ਤੁਸੀਂ Danae.